ਸਾਏ ਦੇ ਵਿੱਚ ਬੈਠੇ, ਜਿਨ੍ਹਾਂ ਦੀ ਸ਼ਰਨ ਦੇ ਵਿੱਚ ਬੈਠੇ, ਜਿਨ੍ਹਾਂ ਦੀ ਗੋਦ ਦੇ ਵਿੱਚ ਬੈਠੇ ਆ, ਦੇਖੋ ਕਿੰਨੀਆਂ ਠੰਡੀਆਂ ਹਵਾਵਾਂ ਆਉਣ ਡਈਆਂ। ਔਰ ਸਭ ਤੋਂ ਵਧੀਆ ਗੱਲ ਕਿ ਇਹ ਜ਼ਮੀਨ ਦੇ ਉੱਤੇ ਜਿਹੜੀ ਹਾਜ਼ਰੀ ਲੱਗਣੀ ਹੈ ਇਹ ਧੁਰ ਤੱਕ ਜਾਂਦੀ ਹੈ। ਸੋ ਇਸ ਕਰਕੇ ਜਿਹੜੇ ਜ਼ਮੀਨ ਨਾਲ ਜੁੜ ਕੇ ਰਹਿਣਾ ਚਾਹੁੰਦੇ ਨੇ, ਜਦੋਂ ਬੰਦਾ ਜ਼ਮੀਨ ਤੋਂ ਤਾਂ ਪੈਰ ਚੱਕਦਾ ਤੇ ਫਿਰ ਪਤਾ ਨਹੀਂ ਲੱਗਦਾ ਕਿੱਥੇ ਜਾ ਕੇ ਡਿੱਗਦਾ। ਸੋ ਇਸ ਕਰਕੇ ਅੱਜ ਜ਼ਮੀਨ ਦੇ ਉੱਤੇ ਪੈਰ ਰੱਖ ਕੇ ਜਿਹੜਾ ਬੰਦਾ ਸੋ ਰੱਬ ਨੂੰ ਉਸ ਅੱਲਾਹ ਤਾਲਾ ਨੂੰ ਚੇਤੇ ਕਰਦਾ, ਉਹ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਖੁਸ਼ੀਆਂ ਹੀ ਖੁਸ਼ੀਆਂ ਲੱਭਦਾ। ਸੋ ਇਸ ਕਰਕੇ ਧਰਤੀ ਮਾਂ ਦੇ ਨਾਂ ਦੇ ਉੱਤੇ ਵੀ ਜ਼ੋਰਦਾਰ ਤਾੜੀਆਂ ਮਾਰ ਦਿਓ ਜਰਾ, ਸ਼ੁਕਰੀਆ ਮਿਹਰਬਾਨੀ। ਔਰ ਫਕੀਰ ਬੈਠੇ ਨੇ, ਕਿਉਂਕਿ ਫਕੀਰਾਂ ਨੇ ਅੱਜ ਤੱਕ ਜਿੰਨੀ ਵੀ ਇਬਾਦਤ ਕੀਤੀ ਹੈ ਕਦੇ ਆਪਣੇ ਵਾਸਤੇ ਤਾਂ ਕੀਤੀ ਨਹੀਂ, ਕਿਉਂਕਿ ਦੁਨੀਆਦਾਰੀ ਵਾਸਤੇ ਕੀਤੀ ਹੈ। ਇਹ ਭੌਰਿਆਂ ਦੇ ਵਿੱਚ ਬੈਠ ਬੈਠ ਕੇ ਜਿਹੜੀ ਇਬਾਦਤ ਕਰਨੀ ਹੈ, ਦਿਨ ਰਾਤ ਜਿਹੜੀ ਇਬਾਦਤ ਕਰਨੀ ਹੈ, ਆਪਣੇ ਯਾਰ ਦੀ ਬੁੱਕਲ ਦੇ ਵਿੱਚ ਬੈਠ ਜਾਣਾ, ਉਹ ਇਬਾਦਤ ਕਰਨੀ ਹੈ, ਉਹ ਕਿਹਨਾਂ ਵਾਸਤੇ ਹੈ? ਦੁਨੀਆਦਾਰੀ ਵਾਸਤੇ, ਸਾਡੇ ਲੋਕਾਂ ਵਾਸਤੇ ਹੈ। ਸੋ ਇਸ ਕਰਕੇ ਸ਼ਾਇਰ ਲਿਖਦਾ, ਕਹਿੰਦੇ ਨੇ ਕਿ ਵੇਦ ਗ੍ਰੰਥ ਕੇ ਦੱਸ ਕੇ ਜੁਗਤਾਂ ਪਰ ਛੋਟਾ ਜਿਹਾ ਇੱਕ ਸੁਆ। ਵਾਹ ਇਹ ਕਿ ਮੈਂ ਜਾਮਣਾ ਤਾਂ ਖਾਧੀਆਂ ਨਹੀਂ, ਇਧਰੋਂ ਗਲਾ ਘੁੱਟਿਆ ਗਿਆ। ਕਿ ਵੇਦ ਗ੍ਰੰਥ ਕਈ ਦੱਸ ਕੇ ਜੁਗਤਾਂ ਪਰ ਛੋਟਾ ਜਿਹਾ ਇੱਕ ਸੁਣ ਲਓ ਨੁਕਤਾ, ਸਿਰ ਨੀਵਾਂ ਕਰ ਚੱਲਿਆ ਕਰ ਜੇ ਰੱਖਣੀ ਕੈਮ ਸਰਦਾਰੀ, ਜੇ ਬੰਦਿਆ ਰੱਬ ਲੁੱਟਣਾ ਚਾਹੁੰਦਾ ਰੱਖ ਨਾਲ ਫਕੀਰਾਂ ਯਾਰੀ। ਫਕਰ ਕੋਈ ਕੁੰਡਾ ਖੜਕਾਵੇ ਗੁੱਸੇ ਵਿੱਚ ਨਾ ਖੋਲੀ, ਮਰ ਕੇ ਹੀ ਕੋਈ ਮੰਗਤਾ ਬਣਦਾ ਮੰਦਾ ਬੋਲਦਾ ਮੂੰਹੋਂ ਬੋਲੀ, ਜਦ ਰੱਬ ਪਰਖਦਾ ਬੰਦੇ ਨੂੰ ਉਹ ਰਾਜਾ ਬਣੇ ਜਾਂ ਭਿਖਾਰੀ, ਜੇ ਬੰਦਿਆ ਰੱਬ ਲੁੱਟਣਾ ਚਾਹੁੰਦਾ ਰੱਖ ਨਾਲ ਫਕੀਰਾਂ ਯਾਰੀ। ਸੋ ਫਕੀਰਾਂ ਦੇ ਨਾਲ ਯਾਰੀਆਂ ਜਿਹੜੀਆਂ ਕਰਨੀਆਂ ਇਹ ਇੰਨੀਆਂ ਸੌਖੀਆਂ ਨੀਗੀਆਂ, ਇੰਨੀਆਂ ਸੌਖੀਆਂ ਨੀ। ਕਹਿੰਦੇ ਨੇ ਕਿ ਬੜਾ ਔਖਾ ਫਕੀਰੀ ਦਾ ਰਾਹ ਫੜਨਾ, ਚੋਲਾ ਪਾ ਕੇ ਫਕਰ ਨਹੀਂ ਕਹਾਇਆ ਜਾਂਦਾ। ਬੜਾ ਔਖਾ ਫਕੀਰੀ ਦਾ ਰਾਹ ਫੜਨਾ, ਚੋਲਾ ਪਾ ਕੇ ਫਕਰ ਨਹੀਂ ਕਹਾਇਆ ਜਾਂਦਾ, ਤਨ ਮਾਰਨਾ ਤੇ ਮਨ ਵਸ ਕਰਨਾ ਘਰ ਆਪਣਾ ਆਪ ਲੁਟਾਇਆ ਜਾਂਦਾ, ਕੰਧ ਢਾ ਕੇ ਕੁਫਰ ਹੰਕਾਰ ਵਾਲੀ ਜਿਉਂਦੀ ਜਾਨ ਨੂੰ ਕਬਰ ਵਿੱਚ ਪਾਇਆ ਜਾਂਦਾ, ਹੋਣਾ ਪੈਂਦਾ ਦੀਵਾਨੇ ਫਨਾ ਪਹਿਲਾਂ ਫਿਰ ਵਿੱਚ ਬਕਾ ਦੇ ਆਇਆ ਜਾਂਦਾ। ਸੇ ਫਕੀਰੀਆਂ ਬੜੀਆਂ ਔਖੀਆਂ, ਫਕੀਰੀ ਦਾ ਘਰ ਬੜਾ ਦੂਰ ਹੈ। ਸੋ ਇਸ ਕਰਕੇ ਇਹ ਅਮੀਰੀਆਂ ਗਰੀਬੀਆਂ ਜਿਹੜੀਆਂ ਉਸ ਦਾਤਾ ਦੀ ਇਹ ਦਾਤ ਹੈ, ਪਿਛਲੇ ਕਰਮਾਂ ਦਾ ਕੋਈ ਪੁੰਨ ਹੁੰਦਾ, ਕੋਈ ਸਾਡੇ ਪਿਛਲੇ ਕਰਮਾਂ ਦਾ ਪਾਪ ਹੁੰਦਾ ਜਿਹੜਾ ਸਾਡੇ ਅੱਗੇ ਆਉਂਦਾ। ਇਹ ਅਮੀਰੀਆਂ ਗਰੀਬੀਆਂ ਅਸੀਂ ਐਵੇਂ ਕੋਸਦੇ ਰਹੀਦਾ ਰੱਬ ਨੂੰ ਜਾਂ ਆਪਣੀ ਕਿਸਮਤ ਨੂੰ, ਪਰ ਨਹੀਂ ਕੋਸਣਾ ਚਾਹੀਦਾ ਕਿਉਂਕਿ ਉਹਦੇ ਰੰਗ ਹੈ। ਕਹਿੰਦੇ ਨੇ ਕਿ ਕਿਸੇ ਕੋਲ ਨੀ ਕੋਠਾ ਸੌਣ ਜੋਗਾ ਤੇ ਕੋਈ ਡੰਗਰਾਂ ਲਈ ਮਹਿਲ ਬਣਾਈ ਜਾਂਦਾ, ਕਿਸੇ ਕੋਲ ਨੀ ਕੋਠਾ ਸੌਣ ਜੋਗਾ ਤੇ ਕੋਈ ਡੰਗਰਾਂ ਲਈ ਮਹਿਲ ਬਣਾਈ ਜਾਂਦਾ, ਕੋਈ ਸਾਈਕਲ ਵੀ ਲਵੇ ਵਿਆਜ ਉੱਤੇ ਤੇ ਕੋਈ ਕਾਰਾਂ 'ਚ ਕੁੱਤੇ ਬਿਠਾਈ ਜਾਂਦਾ, ਜਿਹਨਾਂ ਪੱਥਰਾਂ ਥੱਲੇ ਆਣ ਕੇ ਮਰੇ ਲੱਖਾਂ ਲੋਕੀ, ਕੋਈ ਉਹਨਾਂ ਤੇ ਨਾਮ ਲਿਖਾਈ ਜਾਂਦਾ, ਰਾਣਾ ਲੱਭਦਾ ਫਿਰੇ ਉਸ ਮਾਲਕ ਨੂੰ ਜਿਹੜਾ ਸਾਰੀ ਖੇਡ ਰਚਾਈ ਜਾਂਦਾ, ਕਿਉਂਕਿ ਸਾਰੀਆਂ ਖੇਡਾਂ ਜਿਹੜੀਆਂ ਉਹਦੀਆਂ ਰਚਾਈਆਂ, ਉਹਦਾ ਕੋਈ ਪਤਾ ਨਹੀਂ ਕਦੋਂ ਕੀ ਕਰ ਦੇਣਾ ਹੈ। ਕਹਿੰਦੇ ਨੇ ਕਿ ਕੋਈ ਰੋਕਰ ਦਿਲ ਕੋ ਬਹਿਲਾਤਾ ਹੈ, ਕੋਈ ਰੋਕਰ ਦਿਲ ਕੋ ਬਹਿਲਾਤਾ ਹੈ, ਕੋਈ ਹੱਸਕਰ ਦਰਦ ਛੁਪਾਤਾ ਹੈ, ਅਜਬ ਕਰਿਸ਼ਮਾ ਹੈ ਯੇ ਕੁਦਰਤ ਕਾ, ਕਿ ਜ਼ਿੰਦਾ ਆਦਮੀ ਪਾਣੀ ਮੇਂ ਡੂਬ ਜਾਤਾ ਹੈ ਪਰ ਮੁਰਦਾ ਤੈਰ ਕਰ ਦਿਖਲਾਤਾ ਹੈ। ਸੋ ਇਹ ਮਰ ਜਾਣੇ ਸਾਹਾਂ ਦਾ ਹੀ ਭਾਰ ਹੈ, ਪਤਾ ਨਹੀਂ ਖਰੇ ਉਹ ਪਾਪਾਂ ਵਾਲੇ ਸਾਹਾਂ ਦਾ ਭਾਰ ਹੈ ਕਿ ਬੰਦਾ ਪਾਣੀ ਦੇ ਵਿੱਚ ਜਾਂਦਾ ਹੀ ਥੱਲੇ ਨੂੰ ਹੋ ਜਾਂਦਾ ਹੈ। ਸੋ ਇਸ ਕਰਕੇ ਇਹ ਦੁਨੀਆਦਾਰੀ ਹੈ, ਔਰ ਰੱਬ ਦੇ ਨਾਲ ਸਰਕਾਰਾਂ ਦੇ ਨਾਲ ਪਿਆਰ ਕਰਿਆ ਕਰੋ, ਕਿ ਇੰਨਾ ਹੰਕਾਰ ਨਹੀਂ ਹੋਣਾ ਚਾਹੀਦਾ ਬੰਦੇ ਦੇ ਵਿੱਚ। ਕਹਿੰਦੇ ਨੇ ਕਿ ਰੱਬ ਰੱਬ ਕਰੇ ਮਾਰੇ, ਰੱਬ ਦੀਆਂ ਬੰਦਿਆਂ ਨੂੰ ਇੰਨਾ ਨਹੀਂ ਉਹ ਬੰਦੇ 'ਚ ਹੰਕਾਰ ਹੋਣਾ ਚਾਹੀਦਾ, ਇੱਟ ਚੁੱਕਣ ਤੋਂ ਪਹਿਲਾਂ ਪੱਥਰ ਉਠਾਓ ਪਰ ਪਹਿਲਾਂ ਨਹੀਂ ਉਹ ਕਿਸੇ ਉੱਤੇ ਵਾਰ ਹੋਣਾ ਚਾਹੀਦਾ, ਤੇਰੇ ਗੱਲ ਗਾਤਰਾ ਤੇ ਮੇਰੇ ਹੈ ਜਨਾਊ ਵੀਰਾ, ਦੋਨਾਂ ਦਾ ਦਿਲੋਂ ਸਤਿਕਾਰ ਹੋਣਾ ਚਾਹੀਦਾ, ਜਿਸ ਦੇਸ਼ ਵਿੱਚ ਮਾਂ ਗੰਗਾ ਦਾ ਵਹਾਵ ਹੋਵੇ ਉੱਥੇ ਨਹੀਂ ਉਹ ਖੂਨ ਦਾ ਵਪਾਰ ਹੋਣਾ ਚਾਹੀਦਾ, ਰੱਬ ਦੀ ਬੰਦਗੀ ਬੰਦਾ ਕਰੇ ਨਾ ਕਰੇ ਪਰ ਬੰਦੇ ਨੂੰ ਬੰਦੇ ਨਾਲ ਪਿਆਰ ਹੋਣਾ ਚਾਹੀਦਾ। ਸੇ ਪਿਆਰ ਹੈ, ਤੁਹਾਡੀਆਂ ਮੁਹੱਬਤਾਂ ਜਿਹੜੀਆਂ ਲੈ ਕੇ ਬੈਠੇ ਹੋ, ਇਹ ਬਹੁਤ ਹੀ ਅੱਜ ਇਹ ਕਰਮਾਂ ਵਾਲਾ ਭਾਗਾਂ ਵਾਲਾ ਸਮਾਂ ਕਿ ਇਸ ਸਮੇਂ ਦੇ ਵਿੱਚ ਆਪਾਂ ਸਾਰੇ ਜਣੇ ਬੈਠੇ ਹਾਂ, ਦਾਤਿਆਂ ਦੇ ਚਰਨਾਂ ਦੇ ਵਿੱਚ ਬੈਠੇ ਹਾਂ, ਸਰਕਾਰਾਂ ਦੇ ਚਰਨਾਂ ਦੇ ਵਿੱਚ ਬੈਠੇ ਹਾਂ। ਸੋ ਇਹ ਸਰਕਾਰਾਂ ਦੀ ਰਹਿਮਤ ਹੈ ਕਿ ਅੱਜ ਇਹ ਬਹੁਤ ਹੀ ਖੂਬਸੂਰਤ ਮੌਕਾ ਜਿਹੜਾ, ਕਿਉਂਕਿ ਵਕਤ ਜਿਹੜਾ, ਕਹਿੰਦੇ ਨੇ ਕਿ ਵਕਤ ਖੁੰਝਿਆ ਕਦੇ ਨਹੀਂ ਹੱਥ ਆਉਂਦਾ, ਵਕਤ ਲੱਭਦੇ ਕਈ ਹੁਸ਼ਿਆਰ ਤੁਰ ਗਏ, ਜਿਹਨਾਂ ਕਾਲ ਬੰਨਿਆ ਸੀ ਨਾਲ ਪਾਵੇ ਦੇ ਕਾਲ ਹੱਥੋਂ ਖਾ ਕੇ ਮਾਰ ਤੁਰ ਗਏ, ਜਿਹੜੇ ਮਾਲਕ ਸੀ ਤਖਤੋਂ ਤਾਜਾਂ ਦੇ ਛੱਡ ਕੇ ਤਖਤੋਂ ਤਾਜ ਉਹ ਘਰੋਂ ਬਾਹਰ ਤੁਰ ਗਏ, ਤੂੰ ਤੇ ਦੀਵਾਨੇ ਆਟੇ ਵਿੱਚ ਲੂਣ ਵੀ ਨਹੀਂ, ਇੱਥੇ ਗੋਪੀਆਂ ਛੱਡ ਕੇ ਕ੍ਰਿਸ਼ਨ ਮੁਰਾਰ ਤੁਰ ਗਏ। ਸੋ ਇਹ ਦੁਨੀਆਦਾਰੀ ਹੈ, ਇੱਥੇ ਪਤਾ ਨਹੀਂ ਕਦੋਂ ਕਿੱਥੇ ਪੈਸੇ ਪਿੱਛੇ ਦੌੜ ਲੱਗੀ ਹੈ, ਉਹ ਮੈਨੂੰ ਕਿੱਦਣ ਪਤਾ ਲੱਗਾ, ਇੱਕ ਦਿਨ ਮੇਰਾ 100 ਰੁਪਈਆ ਦਾਦਾ ਜੀ ਡਿੱਗ ਪਿਆ, ਸ਼ੁਕਰ ਵਾਲੀ ਗੱਲ ਹੈ,
ਤੇ ਕਿਸੇ ਨੇ ਪੱਖਾ ਚਲਾਤਾ ਤੇ ਮੋਰੇ 100 ਰੁਪਈਆ ਪਿੱਛੇ ਪਿੱਛੇ ਮੈਂ ਫੇਰ ਪਤਾ ਲੱਗਾ ਵੀ ਪੈਸੇ ਪਿੱਛੇ ਦੌੜ ਲੱਗੀ ਹੈ ਹੱਸਣਾ ਵੀ ਚਾਹੀਦਾ ਇੱਕ ਵਾਰੀ ਜਿਹੜੇ ਆਪਣੇ ਮਾਂ ਪਿਓ ਨੂੰ ਪਿਆਰ ਕਰਦੇ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਔਰ ਗੁਰੂ ਨੂੰ ਜਿਹੜੇ ਪਿਆਰ ਕਰਦੇ ਨੇ ਜ਼ੋਰਦਾਰ ਤਾੜੀਆਂ ਕਿਉਂਕਿ ਗੁਰੂ ਇੱਕ ਬਹੁਤ ਵੱਡੀ ਚੀਜ਼ ਹੈ ਮਾਂ ਪਿਓ ਇੱਕ ਬਹੁਤ ਵੱਡੀ ਚੀਜ਼ ਹੈ ਕਿਉਂਕਿ ਜਿਹਨਾਂ ਦੇ ਕੋਲ ਇਹ ਆਸ਼ੀਰਵਾਦ ਨੇ ਉਹ ਕਿਤੇ ਵੀ ਚਲੇ ਜਾਣ ਤਰੱਕੀ ਆਈਆਂ ਸੋ ਇਸ ਕਰਕੇ ਕਹਿੰਦੇ ਨੇ ਕਿ ਜਿਹੜਾ ਗੁਰੂ ਆਪਣੇ ਨੂੰ ਭੁੱਲ ਜਾਂਦਾ ਉਹ ਹਰ ਮੈਦਾਨ 'ਚ ਹਾਰ ਜਾਂਦਾ ਸੋ ਗੁਰੂ ਗੁਰੂ ਤੋਂ ਬਿਨਾਂ ਤੇ ਕਿਤੇ ਵੀ ਨਹੀਂ ਟਿਕ ਸਕਦਾ ਬੰਦਾ ਕਿ ਜਿਹੜਾ ਗੁਰੂ ਆਪਣੇ ਨੂੰ ਭੁੱਲ ਜਾਂਦਾ ਉਹ ਹਰ ਮੈਦਾਨ 'ਚ ਹਾਰ ਜਾਂਦਾ ਸੱਤ ਪਤਣਾ ਦਾ ਹੋਵੇ ਭਾਵੇਂ ਬੰਦਾ ਤਾਰੂ ਵਾਂਗ ਕੱਚੇ ਘੜੇ ਦੇ ਖੜ ਜਾਂਦਾ ਬੇਗੁਰਾ ਨਾ ਜਗ ਤੇ ਕੋਈ ਹੋਵੇ ਹੰਕਾਰੀ ਵਿੱਚ ਹੰਕਾਰ ਦੇ ਮਰ ਜਾਂਦਾ ਜਿਹੜਾ ਗੁਰੂ ਆਪਣੇ ਦਾ ਸਤਿਕਾਰ ਕਰਦਾ ਉਹ ਬੰਦਾ ਡੁੱਬਦਾ ਵੀ ਤਰ ਜਾਂਦਾ ਸੋ ਇਸ ਕਰਕੇ ਆਓ ਜਿਹਨਾਂ ਦੇ ਗੁਰੂ ਨੇ ਜਿਹਨਾਂ ਦੇ ਮੁਰਸ਼ਦ ਨੇ ਜਿਹਨਾਂ ਦੇ ਮਾਂ ਪਿਓ ਨੇ ਉਹ ਜ਼ਰੂਰ ਉਹਨਾਂ ਦੀ ਸੇਵਾ ਜ਼ਰੂਰ ਕਰਿਆ ਕਰੋ ਤੇ ਆਓ ਉਸੇ ਤਰ੍ਹਾਂ ਜੁੜਦੇ ਹਾਂ ਇੱਕ ਵਾਰ ਫਿਰ ਉਸ ਸੁਰੀਲੀ ਆਵਾਜ਼ ਦੇ ਨਾਲ ਸੋ ਜਿਹਨਾਂ ਨੂੰ ਦਾਤਿਆਂ ਨੇ ਇਹ ਪੀਰਾਂ ਫਕੀਰਾਂ ਦਾ ਆਸ਼ੀਰਵਾਦ ਹੈ ਬਸ ਸਰਸਵਤੀ ਦਾ ਆਸ਼ੀਰਵਾਦ ਹੈ ਕਿ ਅੱਜ ਤੱਕ ਜੋ ਵੀ ਗਾਇਆ ਵਧੀਆ ਹੀ ਗਾਇਆ ਤੁਸੀਂ ਜਿੱਥੇ ਮਰਜ਼ੀ ਬੈਠ ਕੇ ਸੁਣ ਲਓ ਭਾਵੇਂ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਲਓ ਕਿ ਸਾਡੇ ਉਹ ਗੀਤ ਨਹੀਂ ਹੁੰਦੇ ਕਿ ਆਪਾਂ ਪੀਟੀਸੀ ਚੈਨਲ ਆਨ ਕਰੀਏ ਤੇ ਬੰਦ ਕਰਨਾ ਪਵੇ ਜਾਂ ਏਦਾਂ ਹੋਵੇ ਵੀ ਚੋਰੀ ਛਿਪੇ ਡਾਊਨਲੋਡ ਕਰਕੇ ਕਿਤੇ ਡਿੱਬਿਆਂ 'ਚ ਜਾ ਕੇ ਸੁਣਨਾ ਪਵੇ ਸੋ ਇਸ ਕਰਕੇ ਸਾਡੇ ਤੇ ਗੀਤ ਉਹ ਹੋਏ ਆ ਜਿਹੜੇ ਬੈਠ ਕੇ ਪਰਿਵਾਰ ਦੇ ਵਿੱਚ ਸੁਣੇ ਜਾਣ ਸੋ ਜੇ ਏਦਾਂ ਦੇ ਗੀਤਾਂ ਨੂੰ ਪਿਆਰ ਕਰਦੇ ਹੋ ਤੇ ਕਰੀ ਤਾੜੀਆਂ ਜ਼ਰੂਰ ਮਾਰੋ ਨਹੀਂ ਤਾਂ ਗੀਤ ਹੀ ਬੜੇ ਹੋਰ ਹੀ ਤਰ੍ਹਾਂ ਦੇ ਆਉਂਦੇ ਆ ਆ ਪਿੱਛੇ ਜੇ ਇੱਕ ਗੀਤ ਆਇਆ ਸੀ ਤੂੰ ਐਤਕੀ ਦੇ ਪੇਪਰਾਂ 'ਚ ਫੇਲ ਹੋ ਜਵੇਂ ਮੈਂ ਤਾਂ ਫਿੱਟੇ ਨੂੰ ਅਗਲੀ ਨੂੰ 3 ਸਾਲ ਹੋ ਗਏ ਤਿਆਰੀ ਕਰਦੀ ਨੂੰ ਤੇ ਤੂੰ ਫੇਲ ਕਰਦੇ ਉਹਨੂੰ ਇਹੋ ਜਿਹੇ ਗੀਤ ਆ ਰਹੇ ਆ ਪਰ ਇਹੋ ਜਿਹੇ ਗੀਤਾਂ ਤੋਂ ਥੋੜਾ ਜਿਹਾ ਪਰਹੇਜ਼ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਗੀਤ ਇੱਕ ਆਇਆ ਸੀ ਪਿੱਛੇ ਜਿਹੇ ਗੀਤ ਤੇਰਾ ਘੋੜੇ ਵਰਗਾ ਯਾਰ ਮੈਂ ਕਿਹਾ ਲੋਕੀ ਅੰਦਰ ਵੀ ਨਹੀਂ ਮਾਰਦੇ ਅਗਲੇ ਕਹਿੰਦੇ ਲਿੱਦ ਕਰਿਆ ਬਾਹਰ ਸੋ ਕਿੱਦਾਂ ਕਿੱਦਾਂ ਦੇ ਗਾਣੇ ਆ ਨਾ ਸੁਣਿਆ ਕਰੋ ਕਿਉਂਕਿ ਬੰਦੇ ਦਾ ਦਿਮਾਗ ਹੀ ਖਰਾਬ ਹੋ ਜਾਂਦਾ ਹੈ ਆਓ ਸੁਰੀਲੇ ਗਾਣੇ ਸੁਣਦੇ ਆ ਵਧੀਆ ਗਾਣੇ ਸੁਣਦੇ ਆ ਕਿਉਂਕਿ ਮੋਰੇ ਉਹਨਾਂ ਦਾ ਫਕੀਰਾਂ ਦਾ ਸ਼ਹਿਨਸ਼ਾਹਾਂ ਦਾ ਵਾਸਾ ਹੈ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਬੈਠੇ ਇਸ ਕਰਕੇ ਮੈਂ ਕਮੇਡੀ ਵੱਲ ਨਾ ਜਾਵਾਂ ਤੇ ਆਓ ਸਰਕਾਰਾਂ ਦੀ ਸਿਫਤ ਕਰਦੇ ਆ ਸੋ ਗੁਰੂ ਦੀਆਂ ਗੱਲਾਂ ਮੰਨਿਆ ਕਰੋ ਆਪਣੇ ਮਾਂ ਪਿਓ ਦੀਆਂ ਗੱਲਾਂ ਮੰਨਿਆ ਕਰੋ ਤੇ ਆਓ ਉਸੇ ਸ਼ਰਨ ਦੇ ਵਿੱਚ ਚੱਲਦੇ ਆ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਬੈਠਦੇ ਆ ਇੱਕ ਵਾਰ ਫਿਰ ਬਹੁਤ ਹੀ ਸੁਰੀਲਾ ਫਨਕਾਰ ਜਨਾਬ ਫਿਰੋਜ਼ ਖਾਨ